ਬਸ ਤੁਸੀਂ ਸਾਡੇ ਦੇਖ ਹੀ ਰਹੇ ਹਾਂ ਸੁਬਾਹ ਦੇ 5:30 ਵਜੇ ਦੇ ਪੰਪ ਚੱਕੇ ਮੈਂ ਮੁੰਡਿਆਂ ਦੇ ਗੱਲ ਆਏ ਹਾਂ ਵੀ ਜੇ ਸੁਬਾਹ 5:30 ਵਜੇ ਮੌਸਮ ਹੁੰਦਾ ਠੰਡਾ ਹੈ ਸਾਡਾ ਤਾਂ ਇੱਕੇ ਫਰਜ਼ ਹੁੰਦਾ ਹੈ ਵੀ ਅਸੀਂ ਧੁੱਪ ਦੇ ਪਹਿਲਾਂ ਕੰਮ ਨਿਬੇੜ ਕੇ ਵਿਹਲੇ ਹੋ ਜਾਈਏ ਹਲੇ ਧੁੱਪ ਥੋੜ੍ਹੀ ਥੋੜ੍ਹੀ ਚੜ੍ਹਨ ਲੱਗੀ ਹੈ ਪੰਪ ਸਾਡੇ ਤਿੰਨ ਚਾਰ ਪੰਪ ਰਹਿ ਗਏ ਸਾਡੇ ਅੱਜ ਜਿਹੜੀ ਸਪਰੇਅ ਕਰੀ ਜਾ ਰਹੀ ਹੈ ਉਹ ਗੰਨੇ ਪਰ ਕਰੀ ਜਾ ਰਹੀ ਹੈ ਜੀ ਗੰਨਾ ਤੁਸੀਂ ਦੇਖ ਸਕਦੇ ਹਾਂ ਕੱਤਕੀ ਗੰਨਾ ਹੈ ਜੀ ਇਹਦੇ ਪਰ ਜਿਹੜੀ ਸਪਰੇਅ ਆ ਉਹ ਕੰਸੂਹੇ 'ਤੇ ਕਰੀ ਜਾਂਦੀ ਹੈ ਜਿਹਦੇ ਨਾਲ ਗੰਨਾ ਸੁੱਕਣ ਲੱਗ ਜਾਂਦਾ ਹੈ ਜਿਹੜੇ ਸੂਆ ਕਰਦਾ ਗੰਨਾ ਉਹ ਸੁੱਕਣ ਲੱਗ ਜਾਂਦਾ ਹੈ ਕੋਰਾ ਜਿਨ ਦਵਾਈ ਹੈ ਜਿਹੜੀ ਅਸੀਂ ਕਰ ਰਹੇ ਹਾਂ ਕੰਪਨੀ ਵਾਲੇ ਤਾਂ ਕਹਿੰਦੇ ਆ ਕੀਲੇ 'ਤੇ 20 ਪੰਪ ਲਾਓ ਪਰ ਅਸੀਂ ਤਾਂ 12-13 ਪੰਪ ਲਾ ਰਹੇ ਹੱਦ 14 ਬਾਕੀ ਇੰਨੇ ਪੰਪ ਸਾਡੇ ਲੱਗਣੇ ਨਹੀਂ ਨਾ ਅਸੀਂ ਲਾਉਣੇ ਹੈ ਅਸੀਂ ਤਾਂ 12-13 ਪੰਪਾਂ ਦੇ ਵਿੱਚ ਨਿਬੜੀ ਜਾਂਦੇ ਹੁਣ ਥੋੜ੍ਹੀ ਸਪੀਡ ਹੋਰ ਖਿੱਚਣ ਲੱਗੇ ਹਾਂ ਹੁਣ 10 ਪੰਪ ਕਰ ਦੇਣੇ ਕੀਲੇ ਦੇ ਪੌਣੇ 8 ਵਜੇ ਨੂੰ ਜੀ ਸਾਡਾ ਸਾਰਾ ਸਪਰੇਅ ਦਾ ਕੰਮ ਸਾਰਾ ਨਿਬੜ ਗਿਆ 5:30 ਵਜੇ ਤੋਂ ਲੈ ਕੇ 8:15 ਵਜੇ ਤੱਕ ਅਸੀਂ 3 ਕਿੱਲੇ ਆ ਪਰ ਗੰਨੇ ਦੀ ਇਕੱਲੇ ਇਕੱਲੇ ਸਿਆੜ ਪਰ ਕੋਰਾ ਜਿਨ ਸਪਰੇਅ ਕਰ ਦਿੱਤੀ ਹੈ ਐਂ 2-2 ਸਿਆੜ ਲੈ ਕੇ ਜਾਂਦੇ ਅਤੇ ਇਕੱਲੇ ਇਕੱਲੇ ਬੋਏ ਪਰ ਸਪਰੇਅ ਹੁੰਦੀ ਹੈ ਇਹ ਬਾਕੀ ਹੁਣ ਇਹਦਾ ਰਿਜ਼ਲਟ ਦੇਖਦੇ ਹਾਂ ਵੀ ਕਿੰਨਾ ਕੁ ਨਿਕਲਦਾ ਹੈ 3 ਤਰੀਕਿਆਂ ਨਾਲ ਸਪਰੇਅ ਕਰੀਏ 3 ਕਿੱਲਿਆਂ ਪਰ ਹੁਣ ਜਿਹੜਾ ਰਿਜ਼ਲਟ ਸਭ ਤੋਂ ਵਧੀਆ ਰਿਹਾ ਅਗਲੇ ਸਾਲ ਤਾਂ ਉਹੀ ਰਿਜ਼ਲਟ ਨਾਲ ਸਪਰੇਅ ਕਰੇ ਕਰੂੰਗੇ ਮਤਲਬ ਉਹੀ ਜਿਹੜੇ ਤਰੀਕੇ ਸਭ ਤੋਂ ਵਧੀਆ ਰਿਹਾ ਉਹੀ ਤਰੀਕੇ ਨਾਲ ਸਪਰੇਅ ਕਰੇ ਕਰੂੰਗੇ ਬਾਕੀ ਗੰਨਾ ਇਸ ਵਾਰ ਪੂਰਾ ਦੇਖਣ ਨੂੰ ਵਧੀਆ ਹੈ ਘੱਟੋ ਘੱਟ 3500-4000 ਰੁਪਇਆ ਖਰਚਾ ਕਿੱਲੇ ਪਰ ਆ ਗਿਆ ਹਾਲੇ ਤੱਕ ਪੈਸੇ ਇਹ ਨਹੀਂ ਅਗਲੇ ਸਾਲ ਵਟਾਉਣੇ ਆ ਅਗਲੇ ਸਾਲ ਤੱਕ ਤਾਂ ਮੇਲੇ 'ਚ ਜਾਊਗਾ ਉਹ ਤੋਂ ਬਾਅਦ ਪਤਾ ਨਹੀਂ ਪੈਸੇ ਕਦ ਆਊਗੇ ਕਦ ਨਹੀਂ ਬਾਕੀ ਜਿਹੜੀ ਇੱਧਰ ਕਣਕ ਹੈ ਇਹ ਦੇਖਣ ਨੂੰ ਤਾਂ ਪੂਰੀ ਵਧੀਆ ਹੈ ਜਦ ਇਹਨੂੰ ਵਢਾਉਂਗੇ ਇਹਨੂੰ ਦੇਖਦੇ ਹਾਂ ਫਿਰ ਇਹਦਾ ਝਾੜ ਤਾਂ ਦੇਖਣ ਨੂੰ ਵਧੀਆ ਲੱਗਦਾ ਹੈ ਪਿਛਲੀ ਕਣਕ ਨੇ ਤਾਂ ਜਮ੍ਹਾਂ ਡੋਬਤੇ ਆਹ ਗੰਨੇ ਦੇ ਵਿੱਚ ਤਾਂ ਜੀ ਸਰੋਂ ਕੱਢੀ ਹੈ ਸਰੋਂ ਵੱਢ ਲਈ ਹੈ ਹੁਣ ਇਹ ਗੰਨੇ ਦੀ ਸੇਵਾ ਪੂਰੀ ਹੋਣੀ ਹੈ ਤਾਂ ਇਹਨੇ ਉਹ ਗੰਨੇ ਦੇ ਬਰਾਬਰ ਰਲਣਾ ਉੱਧਰ ਵਾਲੇ ਦੇ ਇਹ ਗੰਨਾ ਹੁਣ ਸੇਵਾ ਪਰ ਹੈ ਸਾਡੀ ਜਿਹੜੀ ਸਪਰੇਅ ਦਾ ਕੰਮ ਨਿਬੜ ਗਿਆ ਪਰ ਸਾਡੀ ਰੋਟੀ ਹਾਲ ਆਈ ਹੈ ਦੇਖ ਸਕਦੇ ਹਾਂ ਤੁਸੀਂ ਰੋਟੀ ਵਾਲਾ ਬੰਦਾ ਸਾਡਾ ਜਮ੍ਹਾਂ ਢਿੱਲਾ ਰਿਹਾ ਅੱਜ ਐਨ ਸਾਰਾ ਸਾਡੀ ਸਪਰੇਅ ਦੇ ਬਾਅਦ ਹੁਣ ਰੋਟੀ ਪਹੁੰਚੀ ਸਾਡੀ ਇਹੀ ਪਤਾ ਹੁਣ ਵੀ ਲੇਟ ਉੱਠੇ ਆ ਕਿਆ ਚੱਕਰ ਹੈ ਕਿਆ ਨਹੀਂ ਸਾਡੀ ਸਪਰੇਅ ਐਨ ਸਾਰੀ ਹੋ ਕੇ ਫਿਰ ਰੋਟੀ ਆਈ ਹੈ ਸਾਡੀ ਸਪਰੇਅ ਕਰਨ ਤੋਂ ਬਾਅਦ ਘਰਾਂ ਆ ਗਏ ਜੀ ਹੁਣ ਵਾਰੀ ਹੈ ਗੱਡੀ ਦੀ ਗੱਡੀ ਦਾ ਹਾਲ ਬਹੁਤ ਮਾੜਾ ਹੋਇਆ ਵਾ ਗੱਡੀ ਧੋਣ ਦੀ ਵਾਰੀ ਹੈ ਅੰਦਰ ਤੇ ਵੀ ਬਹੁਤ ਬੁਰਾ ਹਾਲ ਹੈ ਬਾਹਰ ਤੇ ਸ਼ੀਸ਼ਾ ਬੁਰਾ ਹਾਲ ਹੈ ਮਿੱਟੀ ਨਾਲ ਭਰਿਆ ਪਿਆ ਇਹ ਕੰਮ ਸਾਰਾ ਕਾਲੇ ਤੇ ਗ੍ਰੇ ਕਲਰ ਦੀ ਗੱਡੀ ਸੜਕ ਪਰ ਜਾਂਦੀ ਹੈ ਸੋਹਣੀ ਲੱਗਦੀ ਹੈ ਪਰ ਇਹਨੂੰ ਰੱਖਣਾ ਸੰਭਾਲਣਾ ਸਾਫ ਸਫਾਈ ਆ ਸਭ ਤੋਂ ਔਖਾ ਕੰਮ ਹੈ ਮਾੜਾ ਜਿਹਾ ਕਿਤੇ ਚੱਲੇ ਜੋ ਜਦੇ ਮਿੱਟੀ ਨਾਲ ਭਰ ਜਾਂਦੀ ਆ ਹੁਣ ਕਿਤੇ ਗਈ ਨਹੀਂ ਖੜੀ ਉਹ ਭਰ ਗਈ ਅੱਜ ਕੱਲ੍ਹ ਤੁਹਾਨੂੰ ਪਤਾ ਕਣਕਾਂ ਵੱਢਦੇ ਟਾਈਮ ਜਿਹੜੀ ਮਿੱਟੀ ਧੂੜ ਘੱਟਾ ਉੜੀ ਜਾਂਦੀ ਹੈ ਰੀਂਗਣ ਜੁੜੀ ਜਾਂਦੀ ਹੈ ਉਹ ਸਾਰੀ ਗੱਡੀ ਵਿੱਚ ਭਰੀ ਜਾਣੀ ਹੁਣ ਅੱਜ ਧੋਣੀ ਹੈ ਉਹ ਖੜੀ ਵੀ ਸੋਹਣੀ ਨਹੀਂ ਲੱਗਦੀ ਕਈ ਵਾਰ ਕਿਤੇ ਐਡੇ ਟਾਈਮ ਲੈਣਾ ਪੈ ਜਾਵੇ ਫਿਰ ਉਹ ਲਿਬੜੀ ਜੀ ਗੱਡੀ ਸੋਹਣੀ ਲੱਗ ਜਾਣੀ ਇੰਨਾ ਬੁਰਾ ਹਾਲ ਹੈ ਵੀ ਕੱਪੜੇ ਵਾਲਾ ਕੰਮ ਰਿਹਾ ਨਹੀਂ ਪੂਰਾ ਪ੍ਰੈਸ਼ਰ ਨਾਲ ਧੋਣੀ ਹੈ
ਬਾਕੀ ਧੋ ਧੋ ਕੇ ਇਸ ਬਾਰੇ ਐਨ ਪੂਰਾ ਕਵਰ ਪਾ ਕੇ ਗੱਡੀ ਦੇ ਅੰਦਰ ਦੇ ਸਫਾਈ ਪੂਰੀ ਡਨ ਹੈ। ਹੁਣ ਡੱਗ ਪੁਆਇੰਟ ਵੱਲ ਜਾ ਕੇ ਮਤਲਬ ਮੋਟਰ ਦੇ ਕੋਲ ਖੜਾ ਕੇ ਪੈਪ ਲਾ ਕੇ ਬਾਹਰ ਤੇ ਧੋਣ ਤੇ ਰਹਿ ਗਈ, ਅੰਦਰ ਤੇ ਐਨ ਪੂਰੀ ਲਿਸ਼ਕਾ ਦੀ ਗੱਡੀ ਆਪਾਂ ਨੇ ਤੁਸੀਂ ਦੇਖ ਸਕਦੇ। ਹੁਣ ਫਿਰ ਬਾਹਰ ਤੇ ਧੋਣ ਦੀ ਰਹਿ ਗਈ, ਬਾਹਰ ਤੇ ਜ਼ਿਆਦਾ ਬੁਰਾ ਹਾਲ, ਅੰਦਰ ਤੇ ਤਾਂ ਚਲੋ ਫਿਰ ਵੀ ਸਹੀ ਤਾਂ ਸਾਫ਼ ਹੋਈ ਜਾਂਦੀ ਰਹਿੰਦੀ, ਬਾਹਰ ਤੇ ਨਹੀਂ ਹੋਈ ਹੁਣ ਬੜੇ ਟਾਈਮ ਤੋਂ। ਹੁਣ ਬਾਹਰ ਖੜਾ ਕੇ ਗੱਡੀ ਐਨ ਪੂਰੀ ਟਿਚਨ ਪਿਚਨ ਕਰਕੇ ਪੂਰੀ ਪੈਕ ਕਰਕੇ ਖੜਾ ਦੇਣੀ। ਲਓ ਜੀ ਗੱਡੀ ਪੂਰੀ ਚਮਕ ਚੁੱਕੀ ਹੈ ਚਾਰੇ ਪਾਸੇ ਤੇ ਐਨ ਕੰਪਲੀਟ ਧੋ ਕੇ ਪੂਰਾ ਪੌਣਾ ਘੰਟਾ ਲੱਗ ਗਿਆ ਗੱਡੀ ਧੋਣ ਨੂੰ। ਹੁਣ ਵਿੱਚ ਨੂੰ ਮੂੰਹ ਦਿਖਦਾ ਐਨ ਅੰਦਰ ਤੇ ਵੀ ਐਨ ਪੂਰੀ ਟਿਚਨ ਪਿਚਨ ਕਰਤੀ ਹੈ ਗੱਡੀ। ਇਸ ਦੇ ਨਾਲ ਹੀ ਆਪਾਂ ਕਰਨ ਲੱਗੇ ਹਾਂ ਵੀਡੀਓ ਦਾ ਐਂਡ। ਸਾਰਿਆਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ, ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।